लो जी सत श्रीकाल जी, वेलकम करते हैं जी अपने यूट्यूब चैनल पर। तो ये हम अगले दिन आप पहुँच गए घर, तो गुरनवाज शेर मेरा पुत डीकन दिया मैनू डीकदा सी। गुरनवाज सत श्रीकाल, आ जा आ जा, पछा पछा जाना है पखा सियाल च की करना जी, है धुआं काचो कढ़ा देना सियाल च, तो ओदा मूह चपड़ा निकलता। अच्छा एग्जास्ट फैन करेगा, ठीक है ठीक है, इन्हें बड़े कन्न फटाए, ठीक है ठीक है ठीक है, रख खिंच के कम जारी। इधरों भाजी नहु कटन डे गुरनवाज दे। अनंत सत श्रीकाल, अनंत अज हो गया नाराज हटना, अनंत कहिंदा मैं भुई को जाना, छुट्टियां पै गई अनंत नूं, अनंत जी करन डे जाण नूं, आपां जाणा अनंत अज भलक च, फिर आपां रह के आवांगे दो दिन, ठीक है। आप तो रहे नहीं, तो बारी का वटा कहदा लाउणा, हड़ को कड़े आए जे रात भज आए तुसीं छेती, मासी कुलदीप को जाना नहीं, जे किसी ने तुहाडे घर चो ना लिया ना जांदा, आंदा मैं लता तोड़ दूं, अजे नहीं गल कहंदे ही चल गए, आंदा मासी तेन मुंडे गल कड्डन, गला थोड़ी ओहदे प्यार ही ओहदा, चंगे रह गए अहीं आ गए, फिर तूं ते नाराज होए ना, प्यार खिच के लै गया तुहानूं ओहदा, हाँ है ना। गुरनवाज भी गया सी, गुरनवाज भी गया है, तू भी जा के आया सी, पापा दी मासी को गया, पापा दी मासी को गया, अरे ऐ खेतरा समाल दी है, आहो आहो हसदा मर्जी नाल ही अपनी नाल, इधरों आवे हाँ ना, तो पूरा जोर लगन डा मैनू लै जाणा नाल, मासी सत श्रीकाल, लत्था बुखार दवाई दवाई लानी, पुत्तु सत श्रीकाल, सत श्रीकाल, सत श्रीकाल, वो टोपी पाई पछाने हो रही है ना, सची ने पछाने नहीं, वही पछाने नहीं, हाँ पुत की गल है, पापा जी पुत आहो, दूजा कितने का टिड्डू, तू कुट राह काम जारी व्याह भी शुरू हो गए फिर कुड़िया दे, मेचे घले कुड़िया ने, तेन लिखा भी, सत श्रीकाल भाजी, पछाण नहीं तुम मेनू, आहो पछाण, हुण 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 बनी बनी गल, हुण बनी गल, हुण बनी गल, रख लगे मूं कर दिखा नहीं डा, मैं दो मेरे ਗੁਰਨਾ ਜਾਣਾ ਆ ਆਈ ਪੁਈ ਦੇ ਪੁੱਤ ਆਵੇ ਤੂੰ ਕਹਿੰਦਾ ਨਾ ਮੈਂ ਚਾਚੂ ਦਾ ਪੁੱਤ ਹੈ ਜਾ ਮੇਰਾ ਪੁੱਤ ਜਾ ਤੂੰ ਪੁਈ ਕੋ ਜਾ ਵਿੱਚੇ ਵਿੱਚੇ ਤੇਰੀ ਸਰਵਿਸ ਹੋਣੀ ਤੇ ਵਿੱਚੇ ਚਾਚੂ ਦੇ ਵੇਦੀ ਮੈਂ ਪਾਈ ਮੋਟੀ ਜੈਕਟ ਕੋਈ ਗੱਲ ਨਹੀਂ ਹੈ ਜਾ ਮੇਰਾ ਪੁੱਤ ਪੁਈ ਕੋ ਤੂੰ ਵੀ ਚੱਲ ਜਾ 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 ਉਹ ਚੱਲ ਇਹ ਮੇਰਾ ਪੁੱਤ ਹੈ ਇਹਨੂੰ ਤੇ ਨਹੀਂ ਮੈਂ ਜਾਣ ਦਿੰਦਾ ਉਹ ਮਾਮਾ ਤੇ ਬੈਠ ਜਾਂਦਾ ਇਹਨੂੰ ਨਹੀਂ ਮੈਂ ਜਾਣ ਦਿੰਦਾ ਜਾ ਚੱਲ ਜਾ ਜਾ ਚੱਲ ਜਾ जितने सगन पाना तेन चाचू फोन कर दी उधर मेनु कर दी दादी ने कोई नी रात नूं आना आपां ने मूंह ला दिंदे
ਖਾ ਲਓ ਬੱਚੇ ਉਹ ਭੁੱਖੇ ਢਿੱਡ ਰੋਇਆ ਵੀ ਨਹੀਂ ਜਾਂਦਾ ਖਾ ਲਓ ਕਵਲ ਦੇ ਮੁੰਡੇ ਨੇ ਨੀ ਪਛਾਣਿਆ ਕਵਲ ਦੇ ਮੁੰਡੇ ਨੇ ਨੀ ਪਛਾਣਿਆ ਕੌਣ ਸਰਗੁਣ ਰੋ ਰੋ ਹੋ ਗਈ ਜਾ ਉਹਦੀ ਗੁੱਸੇ ਹੁੰਦੇ ਸਗੂ ਤੈਨੂੰ ਚਾਬੀ ਤੋੜ ਦੋ ਉੱਥੇ ਵੀ ਹੋਣੀ ਬਥੇਰੀ ਟਿਕਟੋਕ ਤੇ ਵੀ ਹੋਣੀ ਮੰਨਿਆ ਇੱਧਰ ਵੇਖ ਕਮਲ ਦੇ ਕੰਮ ਪਿੰਡੋ ਉਦਣ ਟਿਫਨ ਲਿਆਈ ਖਾਲੀ ਲਿਆਈ ਭਰ ਕੇ ਲਿਆਈ ਤੇ ਹੁਣ ਆਪ ਗੋਂਗਲੂ ਬਣਾਏ ਟਿਫਨ ਖਾਲੀ ਦੇਈ ਜਾਂਦੀ ਨਹੀਂ ਮੈਂ ਨੀ ਖਾਣੇ ਹੁਣ ਕਹਿ ਕੇ ਖੜੇ ਤੇ ਕੀ ਖੜੇ ਆ ਇਹ ਕੰਮ ਤੇਰੀ ਬੂਟੀ ਦੇ ਟਿਫਨ ਖਾਲੀ ਦੇ ਤਾ ਮੈਨੂੰ ਤਾਂ ਉਧਰ ਕੜਛੀ ਮਾਰੀ ਜਾਂਦੀ ਚਲੋ ਵੀ ਚੰਗਾ ਵੀ ਸਤਿ ਸ੍ਰੀ ਅਕਾਲ ਬਾਏ 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 ਸਤਿ ਸ੍ਰੀ ਅਕਾਲ ਚੰਗਾ ਕੁੜੀਏ ਸਤਿ ਸ੍ਰੀ ਅਕਾਲ ਹਾਂਜੀ ਹੁਣ ਤੁਹਾਡੀ ਵਾਰੀ ਆ ਹੈ ਤੁਹਾਡੀ ਵਾਰੀ ਆ ਹੁੰਦੀ ਹੁਣ ਕੋਈ ਕੋਈ ਨੀ ਆਵਾਂਗੇ ਜ਼ਰੂਰ ਆਵਾਂਗੇ ਤੁਸੀਂ ਆ ਜਾਣਾ ਨਾ 5 ਵਜੇ ਹੁਣ ਤੁਹਾਡੀ ਵੇਟ ਕਰਨ ਡਿਆ ਜਿੱਥੇ ਬਾਏ ਬਾਏ ਇੱਧਰ ਵਾਈਫਾਈ ਹੋ ਗਿਆ ਸਾਡਾ ਖਰਾਬ ਸਮਝ ਨਹੀਂ ਲੱਗੀ ਕੀ ਹੋਇਆ ਰਾਤੀ ਚੱਲਦਾ ਚੱਲਦਾ ਬੰਦ ਹੋ ਗਿਆ ਅਤੇ ਵੀਡੀਓ ਮੈਂ ਸੋਚਿਆ ਸੀ ਸਵੇਰੇ ਉੱਠ ਕੇ ਅਪਲੋਡ ਕਰੂੰਗਾ ਅਤੇ ਅੱਜ ਸਵੇਰੇ ਵੀਡੀਓ ਵੀ ਅਪਲੋਡ ਬਹੁਤ ਜ਼ਿਆਦਾ ਲੇਟ ਹੋਈਆਂ ਇੱਕ ਵੀਡੀਓ 10:30 ਪਾਈ ਮੈਂ ਅਤੇ ਦੂਜੀ ਵੀਡੀਓ ਜਿਹੜੀ ਉਹ 2 ਪਈ ਜਾ ਕੇ 2:30 ਅਤੇ ਬੜੀ ਪ੍ਰੋਬਲਮ ਹੋਈ ਵਾਈਫਾਈ ਦੇ ਬਾਜੂ ਵੀ ਅਤੇ ਹੁਣ ਆਏ ਵੀਰ ਡਏ ਆ ਕਰਨ ਸੈੱਟ ਸੂਟ ਇਹਨੂੰ ਹੁਣ ਲਾਇਆ ਵੀ ਅੱਜ ਮਾਸੀ ਸਾਡੀ ਦਾ ਵੀ ਟਾਈਮ ਲੱਗ ਗਿਆ ਚਾਚੇ ਦਾ ਵੀ ਐਤਵਾਰ ਹੈ ਨਾ ਐਤਵਾਰ ਦਾ ਲਾਲਚ ਕਰ ਲਿਆ ਨਾ ਅੱਜ ਤੁਸੀਂ ਛੁੱਟੀ ਦਾ ਐਤਵਾਰ ਆਏ ਇੱਧਰੋਂ ਗੁਰਸ਼ਰਨ ਅਤੇ ਭਾਅ ਜੀ ਵੀ ਆਏ ਇਹਨਾਂ ਨੂੰ ਤੁਸੀਂ ਜਾਣਦੇ ਜੇ ਦੋਵੇਂ ਜਣਿਆਂ ਨੂੰ ਜੇ ਨਹੀਂ ਜਾਣਦੇ ਤਾਂ ਮੈਂ ਦੱਸ ਦਿੰਦਾ ਇਹ ਵੱਡੇ ਭਾਅ ਜੀ ਮਨਦੀਪ ਦੇ ਅਤੇ ਉਹ ਛੋਟਾ ਭਾਅ ਜੀ ਉਹ ਛੋਟਾ ਭਾਅ ਜੀ ਪਤਾ ਇਹਨਾਂ ਦੋਵਾਂ ਨੂੰ ਸਾਰੇ ਜਾਣਦੇ ਆ ਹਾਂ ਅਤੇ ਮੰਮੀ ਵੀ ਆਏ ਮਨਦੀਪ ਦੇ ਅੰਦਰ ਡੈ ਬਾਪੂ ਨਾਲ ਗੱਲਾਂ ਬਾਤਾਂ ਮਾਰਨ ਇਹਨਾਂ ਨੂੰ ਵੀ ਤੁਸੀਂ ਜਾਣਦੇ ਜੇ ਇਹ ਸਾਡੀ ਮਾਸੀ ਆ ਅਤੇ ਸਾਡਾ ਚਾਚਾ ਆ ਇਹ ਲੱਗਦੀ ਤਾਂ ਚਾਚੀ ਆ ਅਤੇ ਉੱਧਰੋਂ ਮਾਸੀ ਲੱਗਦੀ ਆ ਅਤੇ ਸਾਡੇ ਬੜੇ ਜਣੇ ਵਿਚਾਰੇ ਕਨਫਿਊਜ਼ ਹੀ ਰਹੇ ਬੜੇ ਦਿਨ ਵੀ ਚਾਚੀ ਨੂੰ ਮਾਸੀ ਕਿਉਂ ਕਹੀ ਜਾਂਦੇ ਇੱਧਰੋਂ ਸਾਡੇ ਮਾਸੀ ਜੀ ਆਏ ਪਤਾ ਲੈਣ ਅਤੇ ਤੁਹਾਨੂੰ ਪਤਾ ਹੀ ਆ ਮਨਦੀਪ ਹੁਣਾਂ ਦੇ ਮੰਮੀ ਆ ਇਹ ਆਏ ਅੱਜ ਬਾਪੂ ਜਿਹਨਾਂ ਦਾ ਪਤਾ ਲੈਣ ਹਾਂਜੀ ਕੈਮ ਜੇ ਬੜਕ ਛੜਕ ਮਾਰਿਆ ਕਰੋ ਕੋਈ ਤੁਸੀਂ ਠੰਡ ਕਰ ਠੰਡ ਲੈਂਦੀ ਗਾਣਾ ਗੁਣਾ ਸੁਣਾਇਓ ਕੋਈ ਫਿਰ ਪਾਈਏ ਕੋਈ ਅਨਾ ਦਾ ਕੀ ਬਣਾਇਆ ਸੀ ਹੋਟਲ ਰੈਸਟੋਰੈਂਟ ਕਿ ਢਾਬਾ ਰੈਸਟੋਰੈਂਟ ਕੀ ਬਣਾਉਣ ਜਾ ਰਹੇ ਆਪਣੇ ਰੈਸਟੋਰੈਂਟ ਚ ਕਸਟਮਰ ਆ ਗਿਆ ਉਹ ਕਸਟਮਰ ਨੇ ਕੜਾਹੀ ਪਨੀਰ ਆਰਡਰ ਕੀਤਾ ਦਿੱਤਾ ਨੀ ਬੱਲੇ ਨਾ ਤੇਰੇ ਭਾਂਡੇ ਭੁੰਡੇ ਤੇ ਵਾਹ ਖਿਲਾ ਰਹੇ ਰੈਸਟੋਰੈਂਟ ਚ ਆ ਗਈ ਪਾਸਤਾ ਬਣਾਉਣ
ਆਪਣੀ ਤੁਹਾਡੀ ਆਪਣੀ ਤਿਆਰ ਹੁੰਦੀ ਲੱਗਦੀ ਮੈਨੂੰ ਵੈਰੀ ਗੁੱਡ ਤੇ ਤੁਹਾਡੇ ਤੁਹਾਡੇ ਰੈਸਟੋਰੈਂਟ ਤੇ ਕੋਈ ਨਵੇਂ ਸਾਲ ਦੀ ਆਫਰ ਕੋਈ ਚੱਲਣ ਡਈ ਹੋਵੇ ਕੋਈ ਹਾਂਜੀ ਚੱਲਣ ਦੀ ਆ ਹਾਂਜੀ ਤੁਹਾਡੇ ਰੈਸਟੋਰੈਂਟ ਤੇ ਕੋਈ ਆਫਰ ਹੋਵੇ ਕੋਈ ਨਵੇਂ ਸਾਲ ਤੇ ਕੋਈ ਹੈਗੀ ਆ ਕਿਹੜੀ ਆਫਰ ਹੈ ਜੀ ਜੇ ਤੁਸੀਂ ਖਾਓਗੇ ਤੇ ਤੁਸੀਂ ਖਾਣ ਦੇ ਨਾਲ ਰਹਿਣਾ ਵੀ ਚਾਹੁੰਦੇ ਜੇ ਤਾਂ ਰਹਿਣ ਲਈ ਉੱਪਰ ਰੂਮ ਹੈਗਾ ਅੱਛਾ ਰੂਮ ਸਰ ਤੁਹਾਡੇ ਕੋਲ ਰੂਮ ਵੀ ਅਵੇਲੇਬਲ ਨੇ ਹਾਂਜੀ ਠੀਕ ਹੈ ਜੀ ਵੈਰੀ ਗੁੱਡ ਤੇ ਨਿਊ ਈਅਰ ਦੀ ਸਰਵਿਸ ਨਿਊ ਈਅਰ ਤੇ ਪਾਰਟੀ ਵੀ ਚੱਲ ਰਹੀ ਹੈ ਤੁਹਾਡੇ ਰੈਸਟੋਰੈਂਟ ਤੇ ਹਾਂਜੀ ਚੱਲ ਰਹੀ ਹੈ ਸਭ ਤੋਂ ਉੱਪਰ ਕਲੱਬ ਆ ਅੱਛਾ ਟੌਪ ਫਲੋਰ ਤੇ ਹਾਂਜੀ ਵੈਰੀ ਗੁੱਡ ਠੀਕ ਹੈ ਜੀ ਤੇ ਤੁਸੀਂ ਰੈਡੀ ਕਰਦੇ ਹੋ ਨੂਡਲ ਹਾਂਜੀ ਮੈਂ ਫੋਕ ਲੈ ਕੇ ਆਉਂਦੀ ਲੈ ਕਾਹਦਾ ਤੁਹਾਡਾ ਰੈਸਟੋਰੈਂਟ ਹੈ ਫੋਕ ਤਾਂ ਤੁਸੀਂ ਲੋਕਾਂ ਕੋਲ ਮੰਗ ਕੇ ਲਿਆਉਣ ਡਏ ਨਹੀਂ ਜੀ ਸਾਡਾ ਨਾ ਉੱਥੇ ਕਿਚਨ ਹੈ ਤੇ ਉੱਥੋਂ ਆਪਾਂ ਲਿਆਇਆ ਅੱਛਾ ਤੇ ਆ ਟੇਬਲ ਤੇ ਤਿਆਰ ਕਰ ਦਿੰਦੇ ਜੇ ਆਉਂਦੀ ਸਪੋਰਟ ਹੀ ਹਾਂਜੀ ਟੇਬਲ ਥੱਲੇ ਉਹ ਅੱਗ ਨਿਕਲਦੀ ਆਹ ਹਾਂ ਹਾਂ ਓਹੋ ਸੋਟਰ ਨਾ ਲਿਓ ਉਹ ਲੈ ਜਾਓ ਯਾਰ ਜਾਓ ਯਾਰ ਉਹ ਥੱਲੇ ਡਿੱਗੀ ਖਵਾਈ ਜਾਂਦੇ ਕਸਟਮਰ ਨੂੰ ਉਹ ਫਿਰ ਦੱਸਦੇ ਨੀ ਮੈਂ ਕਹਿੰਦਾ ਤੁਸੀਂ ਮੈਗੀ ਵਾਲਾ ਕਸਟਮਰ ਮਹਾ ਭਗਤਾਇਆ ਤੇ ਕੜਾਹੀ ਪਨੀਰ ਵਾਲੇ ਤੁਹਾਡੇ ਅਜੇ ਤੱਕ ਬੈਠੇ ਵਾਈ ਫਾਈ ਵਾਲਾ ਸਵੇਰ ਦਾ ਵਿਚਾਰਾ ਲੱਗਾ ਜਿਉਂ ਬਣਾਉਣ ਡਿਆ ਜਿਉਂ ਬਣਾਉਣ ਡਿਆ ਜੀ ਉਹ ਵਿਚਾਰਾ ਦੋ ਘੰਟੇ ਖੱਪ ਕੇ ਚੱਲ ਗਿਆ ਉਹਦੇ ਕੋਲ ਵਾਈ ਫਾਈ ਨਹੀਂ ਬਣਿਆ ਵਿਚਾਰੇ ਕੋਲ ਤੇ ਹੁਣ ਹਾਰ ਕੇ ਮੈਨੂੰ ਕਹਿ ਗਿਆ ਕਹਿੰਦਾ ਭਾਅ ਜੀ ਸਵੇਰੇ ਬਣਾ ਕੇ ਦਊਂਗਾ ਹੁਣ ਇਹ ਵੇਲੇ ਨਹੀਂ ਬਣਨਾ ਤੇ ਵਾਈ ਫਾਈ ਖਰੋਂ ਬੜਾ ਪੰਗਾ ਪੈ ਗਿਆ ਦੂਜਾ ਨੈੱਟ ਜਿਹੜਾ ਆ ਉਹ 'ਤੇ ਸਪੀਡ ਨਹੀਂ ਆਉਣ ਡਈ ਇੰਨੀ ਜ਼ਿਆਦਾ ਅਤੇ ਹੁਣ ਇਹਨਾਂ ਦਾ ਆਪਣਾ ਵਾਈ ਫਾਈ ਨਹੀਂ ਚੱਲਿਆ ਫਿਰ ਅਸੀਂ ਚੱਲੇ ਭਾਬੀ ਘਰ ਵਾਈ ਫਾਈ ਧਾਰਾ ਲੈਣ ਚੱਲੇ ਨਾ ਬਟਰ ਨਾਨ ਰੋਟੀ ਤੁਹਾਡੀ ਦੂਜੀ ਜਾਬ ਦੀ ਰੁਮਾਲੀ ਹਾਂਜੀ ਮੈਂ ਤੁਹਾਡੀ ਸਰਵਿਸ ਵੇਖ ਕੇ ਮੇਰਾ ਜੀ ਨਹੀਂ ਕੀਤਾ ਤੇ ਬਿੱਲ ਨੀ ਲੈਣਾ ਕਸਟਮਰ ਕੋ ਅੱਛਾ ਤੁਸੀਂ ਬਿੱਲ ਦੇ ਦਿੱਤਾ ਮੈਗੀ ਵਾਲੇ ਕਸਟਮਰ ਦਾ ਰਹਿ ਗਿਆ ਬਿੱਲ ਥੱਲੇ ਡਿੱਗੇ ਨਿਊਡਲ ਤੁਹਾਡੇ ਬਹੁਤ ਸਵਾਦ ਸੀ ਉਹ ਸਰਵਿਸ ਤੁਹਾਡੀ ਸਭ ਤੋਂ ਵਧੀਆ ਜਿਹੜੀ ਤੁਸੀਂ ਹੱਥ ਨਾਲ ਖਾ ਲਓ ਪੋਸਟ ਕਰ ਦਈਏ ਸਵੇਰ ਤੱਕ ਅਪਲੋਡ ਹੋ ਜੂਗੀ ਹਨਾ ਕਿਉਂ ਅਨਹਦ ਦੂਜੇ ਡਾਟਾ ਦੇ ਉੱਪਰ ਵੀਡੀਓ ਵੀ ਨੀ ਅਪਲੋਡ ਹੁੰਦੀ ਬੜਾ ਪੰਗਾ ਜਿਹਾ ਪੈਣ ਡਿਆ ਅਨਹਦ ਡਿਆ ਆਪਣੇ ਸਪਿਨਰ ਦੇ ਨਾਲ ਖੇਡਣ ਉਧਰੋਂ ਮਾਮੂ ਫਿਲਮ ਵੇਖਣ ਡਿਆ ਬੜੀ ਆਵਾਜ਼ ਕੀਤੀ ਟੀਵੀ ਲਾ ਕੇ ਉਹਨੇ ਸੌਂ ਗਏ ਟੀਵੀ ਇਕੱਲਾ ਚੱਲਣ ਡਿਆ ਠੀਕ ਹੈ ਤੇ ਅਨਹਦ ਕਰੀਏ ਫਿਰ ਹੁਣ ਆਪਾਂ ਇੱਥੇ ਵਲੋਗ ਦਾ ਐਂਡ ਆਪਣੇ ਦਾ ਮਿਲਦੇ ਹਾਂ ਆਪਾਂ ਅਗਲੀ ਵੀਡੀਓ ਅਗਲੇ ਵਲੋਗ 'ਚ ਸਾਰਿਆਂ ਨੂੰ ਹੈਪੀ ਨਿਊ ਈਅਰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਤੂੰ ਨਹੀਂ ਵਿਸ਼ ਕਰਨ ਡਿਆ ਕੀ ਗੱਲ ਅੱਛਾ ਫਿਰ ਚੱਲ ਫਿਰ ਇੱਕ ਵਾਰੀ ਕਹਿ ਦਿਓ ਹੈਪੀ ਨਿਊ ਈਅਰ